ਜਿਸ ਤਰ੍ਹਾਂ ਹੁਣ 27-27 ਸਾਲ 28-28 ਸਾਲ ਬੰਦੀ ਸਿੰਘਾਂ ਨੂੰ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਹੋ ਗਏ ਨੇ, ਜਿੰਨੀ ਉਹਨਾਂ ਦੀ ਸਜ਼ਾ ਬਣਦੀ ਉਸ ਤੋਂ ਬਾਅਦ ਉਹਨਾਂ ਨੇ ਸਮਾਂ ਜੇਲ੍ਹ ਦੇ ਵਿੱਚ ਕੱਟ ਲਿਆ। ਪਰ ਦੂਜੇ ਪਾਸੇ ਜਿਹੜੇ ਇਸ ਮੁਲਕ ਦੇ ਵਿੱਚ ਬਲਾਤਕਾਰੀ ਨੇ, ਕਾਤਲ ਨੇ, ਸੌਦਾ ਸਾਧ ਵਰਗੇ, ਉਹਨਾਂ ਨੂੰ 11-11 ਵਾਰ ਪੈਰੋਲ ਮਿਲ ਚੁੱਕੀ ਆ। ਇਸ ਦਾ ਵੀ ਸਮਾਜ ਦੇ ਉੱਤੇ ਕਾਫੀ ਗੰਭੀਰ ਅਸਰ ਪੈਂਦਾ ਹੈ। ਜਿਹੜੇ ਲੋਕਾਂ ਦੇ ਨਾਲ ਉਹਨਾਂ ਨਾਲ ਘਟਨਾਵਾਂ ਵਾਪਰੀਆਂ ਨੇ, ਜਿਹੜੇ ਪੀੜਤ ਪਰਿਵਾਰ ਨੇ, ਉਹਨਾਂ ਦੇ ਵੀ ਦਿਮਾਗ 'ਤੇ ਕਿਤੇ ਨਾ ਕਿਤੇ ਅਸਰ ਪੈਂਦਾ ਕਿ ਅਸੀਂ ਤਾਂ ਸਾਨੂੰ ਇਨਸਾਫ ਕਿਤੇ ਨਾ ਕਿਤੇ ਉਹ ਪੂਰਾ ਨਹੀਂ ਮਿਲਿਆ। ਜਿਸ ਤਰ੍ਹਾਂ ਕਾਤਲਾਂ ਨੂੰ, ਬਲਾਤਕਾਰੀਆਂ ਨੂੰ ਪੈਰੋਲ ਦਿੱਤੀ ਜਾਂਦੀ ਆ, ਰਿਹਾਅ ਕਰ ਦਿੱਤਾ ਜਾਂਦਾ, ਉਸ ਦਾ ਵੀ ਅਸਰ ਪੈਂਦਾ। ਇਸੇ ਕਰਕੇ ਤਾਂ ਸਿੱਖ ਕੌਮ ਕਹਿੰਦੀ ਹੈ ਕਿ ਸਾਡੇ ਦੇ ਨਾਲ ਵਿਕਤਰਾ ਕੀਤਾ ਜਾਂਦਾ, ਸਾਡੇ ਨਾਲ ਦੋਹਰਾ ਕਾਨੂੰਨ ਆ ਜਿਹੜਾ ਵਰਤਿਆ ਜਾਂਦਾ। ਜਿਹੜੇ ਕਾਤਲ ਨੇ, ਬਲਾਤਕਾਰੀ ਨੇ, ਉਹ ਤਾਂ ਜੇਲ੍ਹਾਂ ਦੇ ਵਿੱਚੋਂ ਰਿਹਾਅ ਹੋ ਰਹੇ ਨੇ, 45-45 ਦਿਨ, 50-50 ਦਿਨ ਬਾਹਰ ਆਪਣੀ ਐਸਪ੍ਰਸਤੀ ਕਰਦੇ ਨੇ, ਤਾਂ ਫਿਰ ਜੇਲ੍ਹ ਚਲੇ ਜਾਂਦੇ ਨੇ। ਪਰ ਜਿਹੜੇ ਸਿੰਘ ਬੈਠੇ ਨੇ ਇਸ ਸਮੇਂ, ਜਿਨ੍ਹਾਂ ਨੂੰ ਧਰਮ ਦੀ ਖਾਤਰ ਜਾਂ ਮਜਬੂਰਨ ਅਜਿਹੇ ਕਦਮ ਚੁੱਕਣੇ ਪਏ ਨੇ, ਤਾਂ ਉਹਨਾਂ ਨੂੰ ਤਾਂ ਇੱਕ ਦਿਨ ਵੀ ਪੈਰੋਲ ਨਹੀਂ ਦਿੱਤੀ ਗਈ। ਉਹਨਾਂ ਨੂੰ ਤਾਂ 27-27 ਸਾਲ, 30-30 ਸਾਲ ਹੋ ਗਏ ਨੇ ਜੇਲ੍ਹਾਂ ਦੇ ਵਿੱਚ ਬੰਦ ਬੈਠਿਆਂ ਨੂੰ, ਜਿਨ੍ਹਾਂ ਨੂੰ ਤਾਂ ਇੱਕ ਘੰਟੇ ਦੀ ਜਾਂ ਇੱਕ ਦਿਨ ਦੀ ਪੈਰੋਲ ਵੀ ਨਹੀਂ ਦਿੱਤੀ ਗਈ। ਉਹਨਾਂ ਨੂੰ ਕਦੋਂ ਰਿਹਾਅ ਕਰਨਾ? ਉਹ ਤਾਂ ਹੁਣ ਰਿਹਾਈ ਦੀ ਮੰਗ ਕੀਤੀ ਜਾਂਦੀ ਆ, ਭਾਵੇਂ ਕਿ ਦਬਾਅ ਬਣਾਉਣ ਦਾ ਯਤਨ ਤਾਂ ਜ਼ਰੂਰ ਹੁੰਦਾ। ਜਦੋਂ 15 ਅਗਸਤ ਵਾਲਾ ਦਿਨ ਅੱਜ ਆਜ਼ਾਦੀ ਦਾ ਦਿਹਾੜਾ, ਪੂਰਾ ਮੁਲਕ ਆਜ਼ਾਦੀ ਦਾ ਜਸ਼ਨ ਮਨਾ ਰਿਹਾ, ਜਿਹੇ ਦੇ ਵਿੱਚ ਸਿੱਖ ਕੌਮ ਰੋਹ ਜਿਤਾ ਰਹੀ ਆ। ਚੰਡੀਗੜ੍ਹ ਜਿਹੜਾ ਮੋਹਾਲੀ ਦੇ ਬਾਈਪਾਸ 'ਤੇ ਲੱਗਿਆ ਹੋਇਆ ਜੀ, ਬਿਲਕੁਲ ਜਦੋਂ ਕਿਤੇ ਵੀ ਚੋਣਾਂ ਆਉਂਦੀਆਂ ਨੇ, ਚਾਹੇ ਤਾਂ ਉਹ ਪੰਜਾਬ ਦੀ ਚੋਣ ਹੋਵੇ ਜਾਂ ਫਿਰ ਲੋਕ ਸਭਾ ਦੀ ਚੋਣ ਹੋਵੇ, ਤਾਂ ਉਦੋਂ ਇਹ ਮੁੱਦਾ ਜ਼ਰੂਰ ਉੱਠਦਾ ਹੈ। ਫਿਰ ਉਸਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਂਦਾ। ਕਈ ਸਰਕਾਰਾਂ, ਕਈ ਪਾਰਟੀਆਂ ਇਸ ਮੁੱਦੇ 'ਤੇ ਸਿਆਸਤ ਵੀ ਕਰਦੀਆਂ ਨੇ, ਪਰ ਜਦੋਂ ਉਹਨਾਂ ਦੀ ਸਰਕਾਰ ਬਣ ਜਾਂਦੀ ਆ ਤਾਂ ਫਿਰ ਬੰਦੀ ਸਿੰਘਾਂ ਦਾ ਮਸਲਾ ਉਹਨਾਂ ਨੂੰ ਭੁੱਲ ਜਾਂਦਾ ਹੈ। ਤਾਂ ਫਿਰ ਇਲਜ਼ਾਮਬਾਜ਼ੀ ਵੀ ਲੱਗਦੀ ਹੈ ਕਿ ਪੰਜਾਬ ਨਹੀਂ ਸਾਡਾ ਸਹਿਯੋਗ ਕਰ ਰਿਹਾ ਜਾਂ ਫਿਰ ਕੇਂਦਰ ਨਹੀਂ ਸਹਿਯੋਗ ਕਰ ਰਿਹਾ, ਉਹ ਰਾਹ ਦੇ ਵਿੱਚ ਉਡੀਕਾ ਪਾ ਰਿਹਾ। ਕਈ ਤਰ੍ਹਾਂ ਦੇ ਇਲਜ਼ਾਮ ਨੇ ਜਿਹੜੇ ਉਹ ਲੱਗਦੇ ਨੇ, ਚਾਹੇ ਉਹ ਇਸ ਮੋਰਚੇ ਦੇ ਆਗੂ ਹੋਣ ਜਾਂ ਫਿਰ ਉਹ ਪੀੜਤ ਪਰਿਵਾਰ ਹੋਣ, ਜਿਨ੍ਹਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਬੰਦੀ ਸਿੰਘ ਦੇ ਰੂਪ ਦੇ ਵਿੱਚ ਵੱਖ ਵੱਖ ਜੇਲ੍ਹਾਂ ਦੇ ਵਿੱਚ ਬੰਦ ਹੋਣ। ਇਲਜ਼ਾਮ ਜ਼ਰੂਰ ਲੱਗਦੇ ਨੇ, ਸਿਆਸਤ ਵੀ ਹੁੰਦੀ ਹੈ ਇਸ ਮਸਲੇ 'ਤੇ, ਇਸ ਮਸਲੇ ਨੂੰ ਵਰਤਿਆ ਵੀ ਜਾਂਦਾ ਤਾਂ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਆ ਸਕੇ। ਅਸੀਂ ਕੁਝ ਜਿਹੜੀ ਸੰਗਤ ਆ ਉਹ ਇੱਥੇ ਪਹੁੰਚੀ ਆ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਵੀ ਯਤਨ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ। ਤਾਂ ਗੱਡੀਆਂ ਦੇ ਕਾਫਲੇ ਵੀ ਜਿਹੜੇ ਇਸ ਸਮੇਂ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ। ਬਜ਼ੁਰਗੋ, ਮੋਰਚੇ ਦੇ ਵਿੱਚ ਪਹੁੰਚੋ, ਅੱਜ ਰੋਸ ਮਾਰਚ ਦੇ ਵਿੱਚ ਹਿੱਸਾ ਲਵੋਗੇ, ਕੀ ਕਹਿਣਾ ਚਾਹੁੰਦੇ? ਬਸ ਅਸੀਂ ਬੰਦੀ ਸਿੰਘਾਂ ਦੀ ਹਰਿਆਈ ਲਈ, ਜੋ ਕੌਮ ਦਾ ਮੋਰਚੇ ਤੋਂ ਫੈਸਲਾ ਹੋਊਗਾ ਉਹਨੂੰ ਸਿਰ ਮੱਥੇ ਪ੍ਰਵਾਨ ਕਰਾਂਗੇ, ਜੋ ਕੌਮ ਦਾ ਸੰਦੇਸ਼ ਹੋਊਗਾ ਉਹਨੂੰ ਪਿੰਡਾਂ 'ਚ ਪਹੁੰਚਾਵਾਂਗੇ, ਘਰ ਘਰ ਪਹੁੰਚਾ ਕੇ ਉਹਦੀ ਕੌਮ ਨੂੰ ਜਾਗਰਤ ਕਰਕੇ। ਕਿੱਥੋਂ ਆਏ ਹੋ, ਕਿਹੜੇ ਇਲਾਕੇ ਤੋਂ ਆਏ? ਜ਼ਿਲ੍ਹਾ ਲੁਧਿਆਣਾ ਸਾਡਾ। ਜ਼ਿਲ੍ਹਾ ਲੁਧਿਆਣੇ ਤੋਂ? ਹਾਂਜੀ ਹਾਂਜੀ। ਰੋਸ ਮਾਰਚ 'ਚ ਹਿੱਸਾ ਲਵੋਗੇ? ਬਿਲਕੁਲ, ਪੂਰਾ ਲਵਾਂਗੇ। ਇੱਕ ਗੱਲ ਹੋਰ ਵੀ ਆਉਂਦੀ ਹੈ ਸਮਾਜ ਦੇ ਵਿੱਚ, ਜਿਸ ਤਰ੍ਹਾਂ ਹੁਣ ਸੌਦਾ ਸਾਹ ਦਾ ਬਲਾਤਕਾਰੀ ਰਾਮ ਰਹੀਮ, ਉਹਨੂੰ ਪੈਰੋਲ ਦਿੱਤੀ ਗਈ ਆ, 11ਵੀਂ ਵਾਰ ਪੈਰੋਲ ਮਿਲੀ ਆ, ਹੈ ਨਾ। ਉਹਨਾਂ ਨੂੰ ਕੁਝ ਕੁ ਸਾਲ ਦੀ ਹਲੇ ਸਜ਼ਾ ਕੱਟੀ ਆ, ਹਲੇ ਉਮਰ ਕੈਦ ਦੀ ਭਾਵੇਂ ਸਜ਼ਾ ਹੋਈ ਹੋਈ ਆ, ਫਿਰ ਵੀ ਉਹਨੂੰ 11ਵੀਂ ਵਾਰ ਪੈਰੋਲ ਦਿੱਤੀ ਗਈ ਆ, ਜੇਲ੍ਹ ਤੋਂ ਬਾਹਰ ਆ ਜਾਂਦਾ ਆਪਣੀ ਐਸਪ੍ਰਸਤੀ ਕਰਦਾ। ਉਹ ਜੀ ਕੌਮ ਨਾਲ ਧੱਕਾ ਕਰ ਰਿਹਾ, ਸਿੱਖ ਕੌਮ ਨੂੰ ਜਲੀਲ ਕਰ ਰਿਹਾ ਵੀ ਅਸੀਂ ਤੁਹਾਡੇ ਨਾਲ ਇੱਦਾਂ ਕਰਾਂਗੇ। ਇਹ ਜਿਹੜੀ ਕੌਮ ਦੀ ਸੇਵਾ ਜਿਹੜੀ ਆ ਉਹ ਕੌਮ ਦੇ ਬੰਦਿਆਂ ਦੇ ਹਿੱਸੇ ਆਈ ਆ, ਉਹਦਾ ਵੀ ਕੋਈ ਹਿਸਾਬ ਆ ਜਿਹੜਾ ਉਹ ਸਰਕਾਰੀ ਏਜੰਟ ਆ, ਉਹ ਸਰਕਾਰੀ ਏਜੰਟ ਕਰਕੇ ਉਹਨੇ ਆਪਣੇ ਬਲਾਤਕਾਰ ਕੀਤੇ ਆ, ਲੋਕਾਂ ਦੇ ਅਤਿਆਚਾਰ ਕੀਤੀ ਆ, ਉਹਨਾਂ ਨੂੰ ਛੁੱਟੀਆਂ ਲੈਣਾ ਚਾਹੁੰਦੇ ਹੋ? ਜਿਹੜੇ ਬਲਾਤਕਾਰੀ ਤਾਂ ਦੇਈ ਜਾਂਦੇ ਆ, ਉਹਨਾਂ ਦੇ 15 ਸਾਲ ਦੀ ਉਹਨੂੰ ਸਾਰੇ ਕਤਲਾਂ ਵਿੱਚ ਸਜ਼ਾ ਹੋਈ ਹੈ, ਫਿਰ ਵੀ ਉਹਨੂੰ ਮਾਫ਼ੀ ਦੇਈ ਜਾਂਦੇ ਆ। ਸਾਡੇ ਕੌਮੀ ਨਿਸਾਲ ਸਪੋਰਟ ਦੇ ਜਥੇਦਾਰ ਭਾਈ ਵਾਰਾ ਤੇ ਹੋਰਾਂ ਸਾਰਿਆਂ ਨੂੰ ਉਹਨਾਂ ਨੂੰ ਰਿਹਾਈ ਨਹੀਂ ਦਿੰਦੇ।
ਇਹ ਧੱਕਾ ਸਿੱਖਾਂ ਨਾਲ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ, ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੇ ਨੇ। ਅਸੀਂ ਹੋਰ ਵੀ ਜਿਹੜੇ ਇੱਥੇ ਸੰਗਤ ਮੌਜੂਦ ਆ ਸੀ ਉਹਨਾਂ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਾਂਗੇ। ਥੋੜੇ ਸਮੇਂ ਤੋਂ ਬਾਅਦ ਜਿਹੜਾ ਰੋਸ ਮਾਰਚ ਆ ਇਸ ਥਾਂ ਦੇ ਉੱਤੋਂ ਰਵਾਨਾ ਹੋਵੇਗਾ। ਤਮਾਮ ਕਿਸਾਨ ਜਥੇਬੰਦੀਆਂ ਵੀ ਇਸ ਨੂੰ ਸਮਰਥਨ ਕਰ ਰਹੀਆਂ ਨੇ। ਕੀ ਕਹਿਣਾ ਚਾਹੁੰਦੇ ਹੋ ਅੱਜ ਰੋਸ ਮਾਰਚ ਕੱਢਿਆ ਜਾਵੇਗਾ, ਕਿੱਥੋਂ ਤੋਂ ਕਿੱਥੋਂ ਹੋਵੇਗਾ, ਕੀ ਰੂਪ ਰੇਖਾ ਇਸਦੀ? ਸਭ ਤੋਂ ਪਹਿਲਾਂ ਤਾਂ ਵਧਾਈ ਦੇਣਾ ਚਾਹੁੰਦੇ ਕਿ ਸਾਡੇ 3 ਸਿੰਘ ਆ ਜਿਹੜੇ ਕੱਲ ਉਹ ਰਿਹਾ ਹੋਏ ਨੇ, ਉਹ ਵੀ ਇੱਥੇ ਆ ਰਹੇ ਨੇ, ਉਹਨਾਂ ਦਾ ਮਾਣ ਸਨਮਾਨ ਵੀ ਕੀਤਾ ਜਾਵੇਗਾ। ਔਰ ਇੱਥੋਂ ਕੌਮੀ ਇਨਸਾਫ ਮੋਰਚੇ ਦੇ ਵਿੱਚੋਂ 43 ਵਾਲਾ ਜਿਹੜਾ 43-44 ਵਾਲਾ ਗੋਲ ਚੌਂਕ ਆ, ਇੱਥੋਂ ਹੁੰਦੇ ਹੋਏ ਗਊਸ਼ਾਲਾ ਚੌਂਕ ਆ, ਉਸ ਤੋਂ ਬਾਅਦ ਬੜੈਲ ਜੇਲ੍ਹ ਵਾਲਾ ਰੋਡ ਜਾ ਕੇ ਅਤੇ ਇੱਧਰ YPS ਚੌਂਕ ਰਾਹੀਂ ਇਹ ਜਿਹੜਾ ਰੋਸ ਮਾਰਚ ਆ ਇੱਥੇ ਮੋਰਚੇ ਵਿੱਚ ਪਹੁੰਚੇਗਾ। ਹੋਰ ਵੀ ਸਾਡੇ ਨਾਲ ਸੰਗਤ ਦਾ ਕੀ ਕਹਿਣਾ ਚਾਹੁੰਦੇ? ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਇੱਕ ਪਾਸੇ ਬਲਾਤਕਾਰੀ ਕਾਤਲ ਨੇ ਜਿਹੜੇ ਉਹਨਾਂ ਨੂੰ 11-11 ਵਾਰ ਪੈਰੋਲ ਵੀ ਮਿਲ ਚੁੱਕੀ। ਦੇਖੋ ਮੁੱਦਤਾਂ ਜੁਗ ਗੁਜ਼ਰੀਆਂ, ਜ਼ੁਲਮੋ ਸਤਮ ਸਹਿਤੇ ਹੋਏ, ਸ਼ਰਮ ਸੀ ਆਤੀ ਆਪ ਇਸ ਵਤਨ ਕੋ ਵਤਨ ਕਹਿਤੇ ਹੋਏ। ਬੰਦੀ ਸਿੰਘਾਂ ਦਾ ਨਾਂ ਨਿਕਲਣ ਦਾ ਕਾਰਨ ਵੀਰ ਜਿਹੜੀ ਸਾਡੀ ਆਪਦਾ ਭਾਈਚਾਰਾ ਹੈ ਨਾ, ਅਸੀਂ ਵੀ ਕਿਤੇ ਨਾ ਕਿਤੇ ਦੋਸ਼ੀ, ਜੇ ਇੱਕ ਪਾਸੇ ਸਰਕਾਰ ਦੋਸ਼ੀ ਹੈ ਨਾ, ਇੱਕ ਪਾਸੇ ਉਹ ਲੋਕ ਤਾਮਿਲਨਾਡੂ ਦੇ ਲੋਕ ਜਾਗ ਚੁੱਕੇ ਜਿਨ੍ਹਾਂ ਨੇ ਆਪਦੇ ਉੱਥੋਂ ਦੇ ਵਸਿੰਦਿਆਂ ਨੂੰ ਜਿਸ ਤਰ੍ਹਾਂ ਮਰਜ਼ੀ ਗੌਰਮੈਂਟ ਪਰ ਜ਼ੋਰ ਮਾਰ ਕੇ ਬਾਜ ਬਰੀ ਕਰਾਇਆ, ਇੱਕ ਪਾਸੇ ਅਸੀਂ ਆ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਲੋਕ ਹੈ, ਵੱਡੇ ਸਾਡੇ ਸਿਧਾਂਤ ਤਾਂ ਚਲੋ ਸਾਡਾ ਵੱਡਾ ਹੀ ਆ, ਉਹ ਤਾਂ ਕੋਈ ਗੱਲ ਨਹੀਂ, ਸਰਮੌਰ ਹੈ, ਲੇਕਿਨ ਜਿਹਨੂੰ 8-9 ਲੱਖ ਨੇ ਕਾਲਤਾ ਸਾਹਿਬ ਦਾ ਜਥੇਦਾਰ ਉਲੀਕਿਆ ਵਾ ਹੋਵੇ, ਉਹਦੇ ਪ੍ਰਤੀ ਅਸੀਂ ਕਿੰਨੇ ਕੁ ਸਿੱਖਾਂ, ਇਹ ਸਾਨੂੰ ਆਪ ਭਾਈਚਾਰੇ ਨੂੰ ਸੋਚਣਾ ਪਵੇਗਾ। ਇਹਦੇ ਬਾਬਤ ਜੇ ਅਸੀਂ ਸਰਕਾਰਾਂ ਨੂੰ ਦੋਸ਼ੀ ਦਈਏ, ਅਸੀਂ ਆਪਣੇ ਆਪ ਨੂੰ ਦੋਸ਼ੀ ਸਮਝਦੇ ਹਾਂ, ਕਿਤੇ ਨਾ ਕਿਤੇ ਆਪਦੀ ਲੀਡਰਸ਼ਿਪ ਨੂੰ ਵੀ ਦੋਸ਼ੀ, ਕਿਉਂਕਿ ਸਾਡਾ ਪ੍ਰੋਗਰਾਮ ਅੱਗੇ ਜਾਣ ਦਾ ਤਾਂ ਕਿਤੇ ਨਾ ਕਿਤੇ ਮੌਕੇ ਪਰ ਇਹਨਾਂ ਨੇ ਚੇਂਜ ਕਰ ਲਿਆ ਪ੍ਰਸ਼ਾਸਨ ਨਾਲ ਮਿਲ ਕੇ, ਇਹ ਵੀ ਸਾਡੀ ਬਦਕਿਸਮਤੀ ਰਹੀ ਹੈ ਹੁਣ ਤੱਕ ਕਿਤੇ ਨਾ ਕਿਤੇ। ਕਿਹੜੀ ਜਥੇਬੰਦੀ ਤੋਂ? ਅਸੀਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋਂ ਆਏ। ਕਿੱਥੋਂ ਆਏ? ਅਸੀਂ ਰੋਪੜ ਡਿਸਟ੍ਰਿਕਟ ਤੋਂ ਆਏ। ਕੀ ਕਹਿਣਾ ਚਾਹੁੰਦੇ ਹੋ ਅੱਜ ਰੋਸ ਮਾਰਚ ਕੱਢ ਰਹੇ ਹੋ? 30-30 ਸਾਲ ਹੋ ਗਏ ਬੰਦੀ ਸਿੰਘਾਂ ਨੂੰ, ਬੈਠਿਆਂ ਨੂੰ ਜੇਲ੍ਹ ਦੇ ਵਿੱਚ, ਰਿਹਾਈ ਤਾਂ ਕੀ ਦੇਣੀ ਆ, ਪੈਰੋਲ ਵੀ ਨਹੀਂ ਮਿਲੀ? ਦੇਖੋ ਅਸੀਂ ਤਾਂ ਸੰਤੁਸ਼ਟ ਨਹੀਂ, ਜਦੋਂ ਤੱਕ ਭਾਈ ਜਗਤਾਰ ਸਿੰਘ ਹਵਾਰਾ ਬਾਹਰ ਨਹੀਂ ਆਉਂਦੇ ਜੇਲ੍ਹ ਤੋਂ, ਉਦੋਂ ਤੱਕ ਸਾਡਾ ਜਿਹੜਾ ਪੰਜਾਬ ਦਾ ਜਿਹੜਾ ਨੌਜਵਾਨ ਹੈ, ਸਾਡੀ ਕਿਸਾਨ ਜਥੇਬੰਦੀਆਂ ਹੈ, ਉਹ ਬਿਲਕੁਲ ਵੀ ਜਿਹੜੀਆਂ ਸਹਿਮਤ ਨਹੀਂ ਜਦੋਂ ਤੱਕ ਭਾਈ ਹਵਾਰਾ ਜੀ ਜਿਹੜੇ ਬਾਹਰ ਨਹੀਂ ਜੇਲ੍ਹ ਤੋਂ ਆਉਂਦੇ ਹੈ। ਔਰ ਸਰਕਾਰਾਂ ਜਿਹੜੀਆਂ ਬਹੁਤ ਜਿਹੜੀਆਂ, ਚਾਹੇ ਕੇਂਦਰ ਦੀ ਹੈ ਚਾਹੇ ਪੰਜਾਬ ਸਰਕਾਰ ਹੈ, ਔਰ ਇਹ ਜਿਹੜੀ ਸਾਡੇ ਨਾਲ ਬਹੁਤ ਜਿਹੜੀ ਸਿੱਖ ਕੌਮ ਦੇ ਨਾਲ ਜਿਹੜੀ ਬੇਇਨਸਾਫੀ ਕਰ ਰਹੀ ਹੈ, ਇੱਕ ਪਾਸੇ ਸੌਦਾ ਸਾਧ ਨੂੰ ਵਾਰ ਵਾਰ ਜਿਹੜੀਆਂ ਪਰੋਲਾਂ ਮਿਲ ਰਹੀਆਂ, ਔਰ ਜਿਹੜਾ ਬਲਾਤਕਾਰ ਦੇ ਔਰ ਮਰਡਰ ਕੇਸਾਂ ਦੇ ਵਿੱਚ ਜਿਹੜਾ ਅੰਦਰ ਹੋ ਰਿਹਾ ਹੈ, ਔਰ ਦੂਸਰੇ ਪਾਸੇ ਜਿਹੜੇ ਕੌਮ ਦੇ ਵਾਸਤੇ, ਆਪਣੇ ਕੌਮ ਦੇ ਵਾਸਤੇ ਜਿਹੜੇ ਸਾਡੇ ਸਿੰਘ ਨੇ ਉਹ ਜੇਲ੍ਹਾਂ ਦੇ ਵਿੱਚ 31-32, 32-32 ਸਾਲ ਤੋਂ ਅੰਦਰ ਨੇ, ਔਰ ਉਹਨਾਂ ਵਾਸਤੇ ਜਿਹੜੇ ਕਾਨੂੰਨ ਵੱਖਰੇ ਨੇ, ਔਰ ਉਹ ਸੌਦੇ ਸਾਧ ਵਾਸਤੇ ਜਿਹੜੇ ਕਾਨੂੰਨ ਵੱਖਰੇ ਨੇ, ਇਸ ਦੀ ਅਸੀਂ ਬਹੁਤ ਜਿਹੜੀ ਨਿਖੇਧੀ ਕਰਦੇ ਹਾਂ ਸਰਕਾਰਾਂ ਦੀ, ਵੀ ਇਹ ਜਿਹੜੇ ਸਭ ਵਾਸਤੇ ਜਿਹੜੇ ਇੱਕੋ ਕਾਨੂੰਨ ਜਿਹੜੇ ਹੋਣੇ ਚਾਹੀਦੇ ਆ, ਔਰ ਜਿਹੜੇ ਸਮੁੱਚੇ ਬੰਦੀ ਸਿੰਘ ਨੇ, ਚਾਹੇ ਭਾਈ ਰਾਜੋਵਾਨਾ ਹੈ, ਚਾਹੇ ਭਾਈ ਹਵਾਰਾ ਹੈ, ਔਰ ਬਾਕੀ ਸਿੰਘ ਨੇ ਸਾਰੇ, ਜਗਤਾਰ ਸਿੰਘ ਤਾਰਾ ਉਹਨੀ, ਸਾਰੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਔਰ ਉਹਨਾਂ ਨੂੰ ਜਿਹੜੀਆਂ ਇਹ ਸਰਕਾਰਾਂ ਨੂੰ ਰਿਹਾ ਕਰਨਾ ਚਾਹੀਦਾ ਹੈ। ਔਰ ਪੰਜਾਬ ਸਰਕਾਰ ਨੇ ਦੇਖੋ ਭਾਈ ਅੰਮ੍ਰਿਤਪਾਲ ਸਿੰਘ 'ਤੇ ਕੋਈ ਇੰਨਾ ਦੋਸ਼ ਨਹੀਂ ਸੀ, ਔਰ ਉਹਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜਾ ਭੇਜਿਆ ਹੈ, ਔਰ 1 ਸਾਲ ਦੀ ਸਜ਼ਾ, 1-1.5 ਮਹੀਨਾ ਹੋਇਆ, ਔਰ ਦੁਬਾਰੇ ਉਹਦੇ 'ਤੇ ਫਿਰ NSA ਜਿਹੜੀ ਪੰਜਾਬ ਸਰਕਾਰ ਨੇ ਵਧਾਈ ਹੈ। ਇਸ ਕਰਕੇ ਅਸੀਂ ਦੋਹਾਂ ਸਰਕਾਰਾਂ ਦੀ ਨਿਖੇਧੀ ਕਰਦੇ ਹਾਂ ਵੀ ਪੰਜਾਬ ਦੇ ਜਿਹੜੇ ਸਿੱਖ ਸਾਡੇ ਨੌਜਵਾਨ ਨੇ ਉਹਨਾਂ ਦੇ ਨਾਲ ਇਹ ਜਿਹੜੀ ਨਜਾਇਜ਼ ਜਿਹੜੀ ਸਰਕਾਰਾਂ ਕਰ ਰਹੀਆਂ ਨੇ, ਅਸੀਂ ਇਸ ਦੀ ਜਿਹੜੀ ਪੂਰ ਜ਼ੋਰ ਜਿਹੜੀ ਨਿਖੇਧੀ ਕਰਦੇ ਹਾਂ, ਔਰ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਜਿਹੜੇ ਸਾਰੇ ਹੀ ਬੰਦੀ ਸਿੰਘ ਆ ਉਹਨਾਂ ਨੂੰ ਛੱਡਿਆ ਜਾਵੇ।
ਜੀ ਜੀ ਬਹੁਤ ਬਹੁਤ ਧੰਨਵਾਦ। ਤਾਂ ਜੇ ਸੁਣਿਆ ਤੁਸੀਂ ਰੋਸ ਜਿਤਾਇਆ ਜਾਵੇਗਾ, ਰੋਸ ਮਾਰਚ ਕੱਢਿਆ ਜਾਣਾ ਅੱਜ। ਬਿਲਕੁਲ ਦੇਖੋ, ਉਮੀਦ ਤਾਂ ਹੁੰਦੀ ਹੀ ਹੈ ਹਰ ਕਿਸੇ ਨੂੰ, ਜੇਕਰ ਕੋਈ ਵੀ ਜਥੇਬੰਦੀ ਆਪਣੀਆਂ ਮੰਗਾਂ ਦੇ ਲਈ ਸੰਘਰਸ਼ ਕਰਦੀ ਹੈ ਤਾਂ ਉਹਨਾਂ ਦੀ ਜਿਹੜੀ ਉਮੀਦ ਆ ਉਹ ਬਣੀ ਰਹਿੰਦੀ ਆ। ਜਿਸ ਤਰ੍ਹਾਂ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਇਹ ਮੋਰਚਾ ਹੈ 1.5 ਸਾਲ ਤੋਂ ਉੱਪਰ ਦਾ ਚੱਲ ਰਿਹਾ, ਇਸੇ ਤਰ੍ਹਾਂ ਪਹਿਲਾਂ ਵੀ ਮੋਰਚੇ ਲੱਗਦੇ ਰਹੇ ਨੇ, ਪਹਿਲਾਂ ਵੀ ਮੰਗ ਉੱਠਦੀ ਰਹੀ, ਉਮੀਦ ਤਾਂ ਸਿੱਖ ਕੌਮ ਨੂੰ ਪੂਰੀ ਆ ਕਿ ਕਦੇ ਨਾ ਕਦੇ ਤਾਂ। ਬਿਲਕੁਲ ਬਿਲਕੁਲ, ਮੈਂ ਹੋਰ ਵੀ ਜਿਹੜੇ ਇੱਥੇ ਪਹੁੰਚੀ ਹੋਈ ਸੰਗਤ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦਾ ਯਤਨ ਕਰਦੇ ਹਾਂ। ਕਿੱਥੋਂ ਆਏ, ਕਿੱਥੋਂ ਆਏ ਭਾਜੀ? ਤਕਰੀਬਨ ਸਾਲ ਤੋਂ ਉੱਪਰ ਹੋ ਗਿਆ ਆਪਾਂ ਨੂੰ ਬੈਠੇ ਨੂੰ ਇੱਥੇ, ਜਦ ਤੀ ਸਰਕਾਰਾਂ ਮੰਨਦੀ ਨੀ ਆਪਾਂ ਵੀ ਨੀ ਹਿੱਲਣਾ, ਸਾਡੇ ਵੀ ਇਰਾਦੇ ਪੱਕੇ ਨੇ, ਮਨਾ ਕੇ ਹੀ ਹਟਾਂਗੇ ਸਰਕਾਰ ਨੂੰ। ਕਿਹੜੀ ਜਥੇਬੰਦੀ ਤੁਹਾਡੀ? ਲੱਖੋਵਾਲ ਜਥੇਬੰਦੀ। ਬਿਲਕੁਲ, ਜਿਸ ਤਰ੍ਹਾਂ 3 ਬੰਦੀ ਸਿੰਘਾਂ ਨੂੰ ਜ਼ਮਾਨਤ ਮਿਲੀ ਆ, ਜਿਸ ਤਰ੍ਹਾਂ ਕੱਲ ਵੀ ਭਾਈ ਗੁਰਮੀਤ ਸਿੰਘ ਇੰਜੀਨੀਅਰ ਨੂੰ ਜ਼ਮਾਨਤ ਮਿਲੀ ਆ, ਪੱਕੀ ਜ਼ਮਾਨਤ ਤੇ ਉਹ ਬਾਹਰ ਆਏ ਨੇ, ਕਿਤੇ ਨਾ ਕਿਤੇ ਉਸ ਦੇ ਨਾਲ ਆਸ ਤਾਂ ਵੱਧਦੀ ਹੋਣੀ ਆ ਕਿ ਜਿਨ੍ਹਾਂ ਨੂੰ ਪਹਿਲਾਂ ਕਦੇ ਜ਼ਮਾਨਤ ਹੀ ਨਹੀਂ ਮਿਲੀ ਸੀ, ਪੈਰੋਲ ਹੀ ਨਹੀਂ ਮਿਲੀ ਸੀ, 3 ਤਾਂ ਬਾਹਰ ਆਏ ਘੱਟੋ ਘੱਟ। ਬਿਲਕੁਲ ਦੇਖੋ, ਸਰਕਾਰ ਤੇ ਦਬਾਅ ਪਿਆ ਤਾਂ ਹੀ ਤਾਂ ਬਾਹਰ ਆਏ ਨਾ, ਸਰਕਾਰ ਤੇ ਦਬਾਅ ਤਾਂ ਹੈਗਾ, ਇੱਕ ਸਰਕਾਰ ਕਰਨਾ ਨਹੀਂ ਚਾਹੁੰਦੀ ਹੈਗੀ, ਸਾਡੇ ਸਿੰਘਾਂ ਨੂੰ ਨਾ ਛੱਡਣਾ ਨਹੀਂ ਚਾਹੁੰਦੀ। ਹੁਣ ਦੇਖੋ ਸਰਸੇ ਵਾਲੇ ਨੂੰ ਫਿਰ ਦੇ ਦੀ 3 ਦਿਨ ਵਾਸਤੇ ਪੈਰੋਲ, ਸਾਡੇ ਤਾਂ ਬੰਦੀ ਸਿੰਘਾਂ ਤੇ ਇਲਜ਼ਾਮ ਵੀ ਕੁਛ ਨਹੀਂ ਏਡੇ ਹੈਗੇ ਜਿੱਡੇ ਉਹਨਾਂ ਤੇ ਲੱਗੇ ਹੋਏ ਸੀਗੇ, ਇਹਨਾਂ ਨੇ ਤਾਂ ਕੌਮ ਵਾਸਤੇ ਲੜਾਈ ਲੜੀ ਹੈ ਜੀ। ਬਿਲਕੁਲ, ਜਿਸ ਤਰ੍ਹਾਂ ਉਹੀ ਗੱਲ ਦਾ ਜ਼ਿਕਰ ਵਾਰ ਵਾਰ ਹੋ ਰਿਹਾ ਕਿ ਤਾਂ ਬਲਾਤਕਾਰੀ ਕਾਤਲ ਨੂੰ ਵਾਰ ਵਾਰ ਪੈਰੋਲ ਮਿਲਣੀ, 11ਵੀਂ ਵਾਰ ਉਹਨੂੰ ਪੈਰੋਲ ਮਿਲੀ ਆ, ਤਾਂ ਇਹ ਗੱਲ ਦਾ ਜ਼ਿਕਰ ਜ਼ਰੂਰ ਹੋ ਰਿਹਾ ਕਿ ਸਾਡੇ ਨਾਲ ਬਿਖਤਰਾ ਹੈ, ਜਿਹੜੇ 30-30 ਸਾਲਾਂ ਦੇ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਪੈਰੋਲ ਤੱਕ ਵੀ ਨਹੀਂ ਦਿੱਤੀ ਗਈ, ਰਿਹਾਈ ਤਾਂ ਕੀ ਹਲੇ ਤੱਕ ਦੇਣੀ ਹੈ। ਦੇਖੋ, ਐਲਾਨ ਜਿਹੜਾ ਕੀਤਾ ਗਿਆ ਇਸ ਦਾ ਕੋਈ ਅੰਦਾਜ਼ਾ ਨਹੀਂ ਲਿਆ ਜਾ ਸਕਦਾ ਵੀ ਕਿੰਨਾ ਇਕੱਠ ਹੋਣ ਦੀ ਸੰਭਾਵਨਾ, ਕਿਉਂਕਿ ਹੁਣ ਇੱਕ ਤਾਂ ਮੀਂਹ ਵਾਲਾ ਮੌਸਮ ਸੀ, ਮੀਂਹ ਵਾਲੇ ਮੌਸਮ ਕਰਕੇ ਥੋੜ੍ਹਾ ਜਿਹਾ ਡਿਲੇ ਜ਼ਰੂਰ ਹੋਇਆ ਹੈ, ਤਾਂ ਜਿਹੜੀ ਸੰਗਤ ਆ ਉਹ ਲਗਾਤਾਰ ਪੰਜਾਬ, ਹਰਿਆਣਾ ਅਤੇ ਹੋਰ ਵੀ ਜਿਹੜੇ ਨਾਲ ਦੇ ਸੂਬੇ ਨੇ ਜਿੱਥੇ ਜਿੱਥੇ ਵੀ ਸਿੱਖ ਵੱਸਦੇ ਨੇ, ਜਿਹੜੇ ਚਾਹੁੰਦੇ ਨੇ ਕਿ ਬੰਦੀ ਸਿੰਘ ਰਿਹਾ ਹੋਣ, ਉਹ ਇੱਥੇ ਜ਼ਰੂਰ ਪਹੁੰਚ ਰਹੇ। ਅਤੇ ਦੂਜਾ, ਇੱਕ ਰੂਟ ਪਲੈਨ ਵੀ ਬਦਲਿਆ ਗਿਆ, ਰੂਟ ਪਲੈਨ ਨੂੰ ਲੈ ਕੇ ਵੀ ਹਰ ਕੋਈ ਕਈ ਵਾਰ ਨਹੀਂ ਪਤਾ ਚੱਲਦਾ, ਪਹਿਲਾਂ 17 ਸੈਕਟਰ ਦੇ ਵਿੱਚ ਜਾਣਾ ਸੀ, ਨੀਲਮ ਉੱਥੇ ਸਿਨੇਮਾ ਉਸ ਦੇ ਕੋਲ ਇਕੱਠਾ ਹੋ ਕੇ ਇਹਨਾਂ ਨੇ ਚੰਡੀਗੜ੍ਹ ਵੱਲ ਨੂੰ ਕੂਚ ਕਰਨਾ ਸੀ, ਪਰ ਹੁਣ ਰੂਟ ਪਲੈਨ ਜਿਸ ਤਰ੍ਹਾਂ ਬਦਲਿਆ ਹੈ ਤਾਂ ਉਸ ਨੂੰ ਲੈ ਕੇ ਥੋੜ੍ਹਾ ਜਿਹਾ ਹਸੋਪਾਂ ਜ਼ਰੂਰ ਹੁੰਦਾ, ਭਾਵੇਂ ਹੋਣਾ ਸ਼ੁਰੂ ਹੋ ਗਿਆ, ਗੱਡੀਆਂ ਪਹੁੰਚ ਰਹੀਆਂ ਨੇ, ਝੰਡੇ ਲੱਗੇ ਹੋਏ ਨੇ ਵੱਖ ਵੱਖ ਜਥੇਬੰਦੀਆਂ ਦੇ ਜਾਂ ਫਿਰ ਖਾਲਸਾਈ ਝੰਡੇ, ਤਾਂ ਇਸ ਥਾਂ ਦੇ ਉੱਤੇ ਇਕੱਠੇ ਹੋਣਗੇ, ਉਸ ਤੋਂ ਬਾਅਦ ਜਿਹੜਾ ਮਾਰਚ ਆ ਅੱਗੇ ਵੱਲ ਵਧੇਗਾ।